अरब अरब एक मरुथली इलाका है। उत्थे चारे पासे रेत ही रेत नज़र आउंदी है। किते किते रेत दे वड्डे वड्डे टिब्बे भी हुंदे हन, किते किते लाल रंग दीआं चट्टानां भी। इस रेत दे अनंत समुंदर विच काफलियां दे आउण जाण दे राह बणे हुंदे हन। उह रात दी हनेरी चलण नाल टक्के जांदे हन, पर इन्हां रस्तियां दे जाणू जो राह विखाउण दा कम करदे हन, इन्हां रस्तियां नूं नहीं भुलदे। उन्हां ने खास निशानियां रखियां हुंदियां हन, जिन्हां करके उन्हां नूं राह पछाणन विच कोई औकड़ नहीं आउंदी। ऊंट नूं मारूथल दा जहाज़ कहिंदे हन। रेगिस्तान विच इस नूं सवारी ते समान ढोण दे कम लई वरत्या जांदा है, क्योंकि होरना पशुआं दे मुकाबले विच इह कई कई दिन बगैर खाण पीण तों गुजारा कर सकदा है। इहदी पिट्ठ ते इक उच्चा जिहा उभार हुंदा है, जिथे चर्बी दे रूप विच अपनी खुराक इकट्ठी कर लैंदा है। इस उभार नूं कुहान कहिंदे हन। ਜਿਵੇਂ ਜਿਵੇਂ ਮਾਰੂਥਲ ਵਿੱਚ ਸਫ਼ਰ ਕਰਦਿਆਂ ਇਹ ਇਸ ਇਕੱਠੀ ਕ੍ਰਿਤੀ ਖੁਰਾਕ ਨੂੰ ਵਰਤਦਾ ਹੈ, ਕੁਹਾਣ ਫਿਸ ਕੇ ਛੋਟਾ ਹੋਈ ਜਾਂਦਾ ਹੈ। ਇਹਦੇ ਮੇਦੇ ਵਿੱਚ ਖਾਸ ਥਾਂ ਬਣੀ ਹੁੰਦੀ ਹੈ, ਜਿਸ ਵਿੱਚ ਇਹ ਕਈ ਦਿਨਾਂ ਲਈ ਪਾਣੀ ਵੀ ਇਕੱਠਾ ਕਰ ਛੱਡਦਾ ਹੈ। ਅਰਬ ਲੋਕ ਊਂਠਾਂ 'ਤੇ ਕੱਪੜਾ, ਸ਼ਸਤਰ, ਗੋਲੀ ਸਿੱਕਾ, ਖੰਡ, ਚਾਹ, ਕਾਫੀ, ਤੰਬਾਕੂ ਅਤੇ ਲੂਣ ਲੱਦ ਕੇ ਕਾਫਲਿਆਂ ਦੇ ਰੂਪ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਵੇਚਣ ਲਈ ਲੈ ਜਾਂਦੇ ਹਨ। ਕਾਫਲੇ ਦੇ ਅੱਗੇ ਅੱਗੇ ਰਾਹ ਵਿਖਾਉਣ ਵਾਲਾ ਘੋੜੇ 'ਤੇ ਹੁੰਦਾ ਹੈ। ਖਾਸ ਖਾਸ ਦਿਨ ਜਦ ਗਰਮੀ ਬਹੁਤ ਹੋ ਜਾਂਦੀ ਹੈ ਤਾਂ ਮਾਰੂਥਲ ਵਿੱਚ ਇੱਕ ਖਾਸ ਕਿਸਮ ਦੀ ਹਨੇਰੀ ਚੱਲਦੀ ਹੈ, ਜਿਹੜੀ ਬੜੀ ਭਿਆਨਕ ਹੁੰਦੀ ਹੈ। ਇਹਨੂੰ ਅਰਬ ਲੋਕ ਬਾਦ ਸਮੂਮ ਜਾਂ ਜ਼ਹਿਰੀਲੀ ਹਨੇਰੀ ਕਹਿੰਦੇ ਹਨ। ਕਾਫਲੇ ਵਾਲੇ ਇਸ ਤੋਂ ਬੜਾ ਡਰਦੇ ਹਨ ਅਤੇ ਇਹਨੂੰ ਵੇਖਦਿਆਂ ਹੀ ਉਹਨਾਂ ਦਾ ਤਰਾਹ ਨਿਕਲ ਜਾਂਦਾ ਹੈ। ਊਂਠ ਇਕਦਮ ਰੁਕ ਜਾਂਦੇ ਹਨ ਅਤੇ ਹਨੇਰੀ ਵੱਲ ਆਪਣਾ ਮੂੰਹ ਕਰਕੇ ਅਤੇ ਆਪਣੀ ਥੂਥਣੀ ਰੇਤ ਵਿੱਚ ਦੱਬ ਕੇ ਬੈਠ ਜਾਂਦੇ ਹਨ। ਕਾਫਲੇ ਵਾਲੇ ਥੱਲੇ ਉੱਤਰ ਕੇ ਅਤੇ ਕੱਪੜਿਆਂ ਵਿੱਚ ਆਪਣਾ ਮੂੰਹ ਸਿਰ ਲਪੇਟ ਕੇ ਊਂਠਾਂ ਦੇ ਬਿਲਕੁਲ ਨਾਲ ਹੀ ਛਾਤੀ ਦੇ ਪਾਰ ਸਿੱਧੇ ਲੇਟ ਜਾਂਦੇ ਹਨ ਅਤੇ ਆਪਣੇ ਬਚਾਅ ਲਈ ਪਰਮਾਤਮਾ ਦਾ ਨਾਂ ਲੈਂਦੇ ਹਨ। ਜਦ 10-15 ਮਿੰਟਾਂ ਪਿੱਛੋਂ ਹਨੇਰੀ ਦਾ ਜ਼ੋਰ ਘੱਟ ਹੋ ਜਾਂਦਾ ਹੈ ਤਾਂ ਹਰ ਚੀਜ਼ ਰੇਤ ਥੱਲੇ ਦੱਬੀ ਹੋਈ ਦਿਸਦੀ ਹੈ। ਕਾਫਲੇ ਵਾਲੇ ਬੜੀ ਮੁਸ਼ਕਲ ਨਾਲ ਰੇਤ ਦੇ ਢੇਰ ਥੱਲਿਓਂ ਨਿਕਲ ਕੇ ਆਪਣਾ ਸਫ਼ਰ ਆਰੰਭ ਕਰਦੇ ਹਨ। ਰੇਗਿਸਤਾਨ ਵਿੱਚ ਕਿਤੇ ਕਿਤੇ ਚਸ਼ਮੇ ਹੁੰਦੇ ਹਨ। ਇਹਨਾਂ ਚਸ਼ਮਿਆਂ ਦੇ ਦੁਆਲੇ ਨਿੱਕੇ ਨਿੱਕੇ ਸ਼ਹਿਰ ਵਸ ਜਾਂਦੇ ਹਨ ਅਤੇ ਉੱਥੇ ਲਹਿਰ ਲਹਾਉਂਦੀਆਂ ਖੇਤੀਆਂ ਦੇ ਬਾਗ ਲਾਏ ਜਾਂਦੇ ਹਨ ਅਤੇ ਜੰਗਲ ਵਿੱਚ ਮੰਗਲ ਬਣ ਜਾਂਦਾ ਹੈ। ਇਹਨਾਂ ਥਾਵਾਂ ਨੂੰ ਨਖਲਿਸਤਾਨ ਕਹਿੰਦੇ ਹਨ। ਇੱਥੇ ਘਰ ਕੱਚੀਆਂ ਇੱਟਾਂ ਦੇ ਬਣਾਏ ਜਾਂਦੇ ਹਨ। ਜਦੋਂ ਕਿਸੇ ਨਖਲਿਸਤਾਨ ਵਿੱਚ ਦੂਰੋਂ ਕੋਈ ਕਾਫਲਾ ਆਉਂਦਾ ਹੈ ਤਾਂ ਲੋਕ ਆਪਣਾ ਕੰਮ ਛੱਡ ਕੇ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਹਨ ਅਤੇ ਉੱਥੇ ਬੜੀ ਰੌਣਕ ਲੱਗ ਜਾਂਦੀ ਹੈ। ਕਾਫਲੇ ਵਾਲੇ ਚੰਗੀ ਥਾਂ ਚੁਣ ਕੇ ਆਪਣਾ ਆਪਣਾ ਨੇਜ਼ਾ ਗੱਢ ਲੈਂਦੇ ਹਨ, ਫਿਰ ਉੱਥੇ ਆਪਣੇ ਤੰਬੂ ਲਾ ਦਿੰਦੇ ਹਨ। ਇਹ ਤੰਬੂ ਭੇਡਾਂ, ਬੱਕਰੀਆਂ ਜਾਂ ਊਂਠ ਦੀ ਖੱਲ ਦੇ ਬਣੇ ਹੁੰਦੇ ਹਨ। ਕਾਫਲੇ ਵਾਲੇ ਆਪਣਾ ਸਮਾਨ ਲਾਉਂਦੇ ਹਨ ਅਤੇ ਸੌਣ ਲਈ ਤੰਬੂਆਂ ਵਿੱਚ ਗਲੀਚੇ ਵਿਛਾ ਲੈਂਦੇ ਹਨ। ਕੁਝ ਔਰਤਾਂ ਚੱਕੀ ਦੁਆਰਾ ਆਟਾ ਪੀਣ ਲੱਗ ਜਾਂਦੀਆਂ ਹਨ ਅਤੇ ਕੁਝ ਖਾਣਾ ਪਕਾਉਣ ਵਿੱਚ ਰੁੱਝ ਜਾਂਦੀਆਂ ਹਨ। ਆਦਮੀ ਪਸ਼ੂਆਂ ਦੀ ਦੇਖਭਾਲ ਵਿੱਚ ਲੱਗ ਜਾਂਦੇ ਹਨ। ਕੁਝ ਛੋਟੇ ਛੋਟੇ ਮੁੰਡੇ ਭੱਜ ਕੇ ਆਸ ਪਾਸ ਉੱਗੇ ਖਜੂਰ ਦੇ ਰੁੱਖਾਂ 'ਤੇ ਚੜ੍ਹ ਜਾਂਦੇ ਹਨ ਅਤੇ ਖਜੂਰਾਂ ਰੱਜ ਕੇ ਖਾਂਦੇ ਹਨ। ਕੁਝ ਲਾ ਕੇ ਥੱਲੇ ਸੁੱਟ ਦਿੰਦੇ ਹਨ ਤਾਂ ਜੋ ਉਹਨਾਂ ਦੇ ਸਾਥੀ ਇਕੱਠੀ ਕਰਕੇ ਵੱਡਿਆਂ ਲਈ ਲੈ ਜਾਂਦੇ ਹਨ। ਖਜੂਰਾਂ, ਬੱਕਰੀ ਦਾ ਦੁੱਧ ਅਤੇ ਰੋਟੀ ਅਰਬੀ ਲੋਕਾਂ ਦੀ ਵੱਡੀ ਖੁਰਾਕ ਹੈ। ਇਹ ਕਾਫਲੇ ਵਾਲੇ ਟੱਪਰੀਵਾਸ ਹੁੰਦੇ ਹਨ। ਅਰਬੀ ਬੋਲੀ ਵਿੱਚ ਇਹਨਾਂ ਨੂੰ ਬੱਦੂ ਕਹਿੰਦੇ ਹਨ। ਇਹਨਾਂ ਦੇ ਬੱਚਿਆਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਦਾ। ਇਹ ਛੋਟੀ ਉਮਰ ਵਿੱਚ ਹੀ ਨੇਜ਼ਾਬਾਜ਼ੀ ਅਤੇ ਘੋੜ ਸਵਾਰੀ ਸਿੱਖ ਜਾਂਦੇ ਹਨ ਅਤੇ ਬੜੇ ਲੜਾਕੇ ਹੁੰਦੇ ਹਨ। ਇਹਨਾਂ ਨੂੰ ਤਾਰਿਆਂ ਦੇ ਨਾਵਾਂ ਅਤੇ ਗਤੀ ਬਾਰੇ ਕਾਫੀ ਜਾਣਕਾਰੀ ਹੁੰਦੀ ਹੈ। ਵੱਡੇ ਹੋ ਕੇ ਇਹ ਜਾਣਕਾਰੀ ਇਹਨਾਂ ਨੂੰ ਮਾਰੂਥਲ ਵਿੱਚ ਰਸਤਾ ਲੱਭਣ ਦੇ ਕੰਮ ਆਉਂਦੀ ਹੈ। ਅਰਬ ਟੱਪਰੀ ਵਾਸਾਂ ਦੀਆਂ ਲੜਕੀਆਂ ਸੀਨ ਪਰੋਣ, ਖਾਣਾ ਪਕਾਉਣ ਅਤੇ ਨਿੱਕੇ ਨਿੱਕੇ ਭੈਣ ਭਰਾਵਾਂ ਦੀ ਰਾਖੀ ਕਰਨ ਦੇ ਕੰਮ ਵਿੱਚ ਆਪਣੀਆਂ ਮਾਵਾਂ ਦਾ ਹੱਥ ਵਟਾਉਂਦੀਆਂ ਹਨ।